ਪੰਜਾਬ ਦੀਆਂ ਔਰਤਾਂ ਸ਼ੁਰੂ ਤੋਂ ਹੀ ਆਪਣੀ ਮਿਹਨਤ ਦੇ ਜ਼ਰੀਏ ਲੋਹਾ ਮਨਵਾਉਂਦੀਆਂ ਨਜ਼ਰ ਆਈਆਂ ਹਨ। ਅਜਿਹਾ ਹੀ ਕੁਝ ਕਰ ਵਿਖਾਇਆ ਧੂਰੀ ਬਲਾਕ ਦੇ ਪਿੰਡ ਭੱਦਲਵੜ ਵਿਖੇ, ਜਿੱਥੇ ਮਹਿਲਾ ਸਰਪੰਚ ਨੇ ਉਹਨਾਂ ਹਾਲਾਤਾਂ ਵਿੱਚ ਪਿੰਡ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ, ਜਿਹੜੀਆਂ ਪਹਿਲਾਂ NRI ਜਾਂ ਪੰਚਾਇਤ ਦੀ ਕਿਸੇ ਆਮਦਨ ਦੇ ਜ਼ਰੀਏ ਹੀ ਮਿਲ ਸਕਦੀਆਂ ਸਨ। ਪਿੰਡ ਦੀ ਸਰਪੰਚ ਨੀਤੂ ਰਾਣੀ ਨੇ ਪਿੰਡ ਵਾਸੀਆਂ ਲਈ 24 ਘੰਟੇ ਪਾਣੀ ਦੀ ਸਹੂਲਤ, ਹਰ ਘਰ ਵਿੱਚ ਪਖਾਨਾ, ਸੀਵਰੇਜ ਦੀ ਸਹੂਲਤ, ਖੇਡਣ ਅਤੇ ਸੈਰ ਕਰਨ ਲਈ ਵਧੀਆ ਪਾਰਕ ਅਤੇ ਸੁਰੱਖਿਆ ਦੇ ਲਈ CCTV ਕੈਮਰੇ ਲਗਵਾਏ ਹਨ। ਇਸ ਤੋਂ ਇਲਾਵਾ ਰਾਤ ਵੇਲੇ ਪਿੰਡ ਵਿੱਚ ਚਾਨਣ ਲਈ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਵਿੱਚ ਹੋਏ ਇਹਨਾਂ ਵਿਕਾਸ ਕਾਰਜਾਂ ਨੇ ਕੇਂਦਰ ਸਰਕਾਰ ਨੂੰ ਵੀ ਮੁਰੀਦ ਬਣਾ ਲਿਆ। ਕੇਂਦਰ ਸਰਕਾਰ ਨੇ ਪਿੰਡ ਨੂੰ 2018 ਅਤੇ 2019 ਦੇ ਵਿਕਾਸ ਕਾਰਜਾਂ ਦੇ ਆਧਾਰ ਉੱਤੇ ਪੁਰਸਕਾਰ ਲਈ ਚੁਣਿਆ ਹੈ। ਨੀਤੂ ਸ਼ਰਮਾ ਜੀ, ਸਭ ਤੋਂ ਪਹਿਲਾਂ ਕਦੋਂ ਸਰਪੰਚ ਬਣੇ ਸੀ ਤੁਸੀਂ? ਕਦੋਂ ਤੋਂ ਲੈ ਕੇ ਸਰਪੰਚੀ ਕਰ ਰਹੇ ਹੋ? 2008 'ਚ ਬਣੇ ਸੀ ਜੀ ਪਹਿਲੀ ਵਾਰੀ, ਅਤੇ 2013 'ਚ ਮੇਰੇ ਹਸਬੈਂਡ ਬਣ ਗਏ ਸੀ, ਅਤੇ ਹੁਣ 2018 ਦੇ ਵਿੱਚ ਤੀਸਰੀ ਵਾਰ ਸਰਪੰਚੀ ਲਗਾਤਾਰ ਬਣਨ ਦਾ ਮੌਕਾ ਮਿਲਿਆ ਜੀ। ਹੁਣ ਅਵਾਰਡ ਮਿਲਣ ਜਾ ਰਿਹਾ, ਕੇਂਦਰ ਸਰਕਾਰ ਵੱਲੋਂ ਕੀ ਕਹਿਣਾ ਚਾਹੁੰਦੇ? ਵਧੀਆ ਲੱਗ ਰਿਹਾ ਜੀ, ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਅਤੇ ਕੇਂਦਰ ਸਰਕਾਰ ਦਾ ਵੀ ਅਤੇ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਪੂਰਾ, ਕਿ ਗ੍ਰਾਂਟ ਪੂਰੀ ਵਧੀਆ ਆਉਂਦੀ ਰਹੀ ਹੈ ਵੱਧ, ਤਾਂ ਕਿ ਸਾਰੇ ਕੰਮ ਜਿਹੜੇ ਵੀ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪੂਰੇ ਹੋ ਜਾਣ। ਬਾਕੀ ਕੁਛ ਲੋਕ ਕੋਰੋਨਾ ਵਾਇਰਸ ਕਾਰਨ ਰਹਿ ਗਏ ਨੇ, ਕੰਮ ਜਿਹੜੇ ਰਹਿੰਦੇ ਨੇ ਉਹ ਪੂਰੇ ਕਰਾਂਗੇ। ਪਿੰਡ ਦੇ ਸਾਬਕਾ ਸਰਪੰਚ ਅਤੇ ਨੀਤੂ ਸ਼ਰਮਾ ਦੇ ਪਤੀ ਸੁਖਪਾਲ ਸ਼ਰਮਾ ਦਾ ਕਹਿਣਾ ਹੈ ਕਿ ਪਿੰਡ ਵਿੱਚ ਔਰਤਾਂ ਅਤੇ ਬੱਚਿਆਂ ਲਈ ਵੱਖਰੇ ਪਾਰਕਾਂ ਅਤੇ ਜਿੰਮ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਸਿਹਤਮੰਦ ਰਹਿ ਸਕਣ। ਮੈਂ ਧੰਨਵਾਦ ਕਰਦਾ ਜੀ ਪੰਜਾਬ ਸਰਕਾਰ ਦਾ ਅਤੇ ਸੈਂਟਰ ਸਰਕਾਰ ਦਾ, ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਉਹਨਾਂ ਦਾ ਵੀ, ਜਿਨ੍ਹਾਂ ਨੇ ਸਾਡੇ ਇਸ ਬੇਜ਼ਮੀਨ ਵਾਲੇ ਪਿੰਡ ਨੂੰ ਵਧੀਆ ਗ੍ਰਾਂਟਾਂ ਦੇ ਕੇ ਪਹਿਲਾਂ ਵੀ ਨਿਭਾਇਆ ਅਤੇ ਹੁਣ ਵੀ ਸਾਨੂੰ ਬਿਨਾਂ ਪੱਖਪਾਤ ਤੋਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਗ੍ਰਾਂਟ ਆ ਰਹੀ ਹੈ। ਮੈਂ ਸਾਰੀਆਂ ਪਾਰਟੀਆਂ ਦਾ, ਸਿਆਸੀ ਦਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਪਿੰਡ ਦੇ ਇਸ ਯੋਗਦਾਨ ਦੇ ਵਿੱਚ ਆਪਦਾ ਵੱਧ ਚੜ੍ਹ ਕੇ ਹਿੱਸਾ ਪਾਇਆ, ਮੈਂ ਸਾਰੀਆਂ ਪਾਰਟੀਆਂ ਦਾ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ BJP ਹੈ, ਮੈਂ ਸਾਰੀਆਂ ਪਾਰਟੀਆਂ ਦਾ ਦਿਲ ਦੀਆਂ ਗਹਿਰਾਈਆਂ 'ਚ ਬਹੁਤ ਬਹੁਤ ਧੰਨਵਾਦ। ਉੱਧਰ ਪਿੰਡ ਦੇ ਲੋਕ ਵੀ ਨੀਤੂ ਸ਼ਰਮਾ ਵੱਲੋਂ ਕਰਵਾਏ ਇਹਨਾਂ ਕਾਰਜਾਂ ਕਾਰਨ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਹਨ। ਨਾਲ ਹੀ ਉਹਨਾਂ ਨੇ ਕੇਂਦਰੀ ਪੁਰਸਕਾਰ ਲਈ ਪਿੰਡ ਦੀ ਚੋਣ ਹੋਣ ਉੱਤੇ ਵੀ ਕਾਫੀ ਖੁਸ਼ੀ ਜਤਾਈ ਹੈ। ਮੈਂ ਇੱਥੇ ਕਹਿਣਾ ਚਾਹੁੰਦਾ ਵੀ ਸਾਡੇ ਪਿੰਡ ਨੂੰ ਕੋਈ ਵੀ ਕਿਸੇ ਕਿਸਮ ਦੀ ਜਾਂ ਪੰਚਾਇਤੀ ਜ਼ਮੀਨ ਦੀ ਜਾਂ ਹੋਰ ਕਿਸੇ ਕਿਸਮ ਦੀ ਫਾਲਤੂ ਇਨਕਮ ਹੈ ਨਹੀਂ ਗੀ। ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਅਤੇ ਕੇਂਦਰ ਸਰਕਾਰ ਦਾ, ਜਿਨ੍ਹਾਂ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਏ, ਸਾਡੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸਾਨੂੰ ਨੈਸ਼ਨਲ ਅਵਾਰਡ ਲਈ ਸਾਡਾ ਪਿੰਡ ਜਿਹੜਾ ਚੁਣਿਆ ਗਿਆ ਹੈਗਾ। ਸਾਡੇ ਪਿੰਡ ਦੇ ਵਿੱਚ ਕੰਮ ਇੰਨੇ ਕੁ ਹੋਏ ਨੇ ਵੀ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਪਿੰਡ ਵਾਸੀਆਂ ਅਤੇ ਪੰਚਾਇਤ ਦਾ ਕਹਿਣਾ ਕਿ ਉਹਨਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਵਾਇਆ ਜਾਂਦਾ ਹੈ, ਭਾਵੇਂ ਜਨਤਾ ਦੇ ਨੁਮਾਇੰਦੇ ਕਿਸੇ ਵੀ ਪਾਰਟੀ ਦੇ ਚੁਣੇ ਜਾਣ, ਉਹਨਾਂ ਵੱਲੋਂ ਹਰ ਨੁਮਾਇੰਦੇ ਕੋਲ ਪਿੰਡ ਦੇ ਵਿਕਾਸ ਦੀ ਗੱਲ ਰੱਖੀ ਜਾਂਦੀ ਹੈ, ਜੋ ਕਿ ਹੋਰਨਾਂ ਪਿੰਡਾਂ ਲਈ ਇੱਕ ਚੰਗੀ ਉਦਾਹਰਨ ਹੈ। ਬਿਊਰੋ ਰਿਪੋਰਟ, ਦਾ ਪੋਲੀਟੀਕਲ ਐਜ।